ਇੱਕ ਗਰਭਵਤੀ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਈ ਅਤੇ ਤੰਦਰੁਸਤ ਬੇਟੇ ਨੂੰ ਜਨਮ ਵੀ ਦੇ ਦਿੱਤਾ। ਜਦੋਂ ਇਸ ਕੁੜੀ ਦੀ ਫਾਈਲ 'ਤੇ ਗੌਰ ਨਾਲ ਨਜ਼ਰ ਵੱਜੀ ਤਾਂ ਹਸਪਤਾਲ ਵਿੱਚ ਹੜਕੰਪ ਮੱਚ ਗਿਆ, ਕਿਉਂਕਿ ਪਤਾ ਲੱਗਿਆ ਕਿ ਇਸ ਕੁੜੀ ਦੀ ਉਮਰ ਅਜੇ 16 ਸਾਲ ਦੀ ਹੈ ਅਤੇ 11ਵੀਂ ਵਿੱਚ ਪੜ੍ਹਦੀ ਹੈ। ਨਾਬਾਲਿਗ ਕੁੜੀ ਤੋਂ ਹੁਣ ਤੱਕ ਹੋਈ ਪੁੱਛਗਿੱਛ 'ਤੇ ਸਾਹਮਣੇ ਆਇਆ ਕਿ ਕੁੜੀ ਦਾ ਰਿਸ਼ਤਾ ਹੋ ਚੁੱਕਿਆ ਹੈ। ਫਿਲਹਾਲ ਮਾਮਲਾ ਚਾਈਲਡ ਵੈਲਫੇਅਰ ਕੌਂਸਲ ਅਤੇ ਪੁਲਿਸ ਕੋਲ ਚਲਾ ਗਿਆ ਹੈ ਅਤੇ ਪੁਲਿਸ ਨੇ ਸੋਮਵਾਰ ਨੂੰ ਮੁੰਡਾ ਅਤੇ ਕੁੜੀ ਦੇ ਪਰਿਵਾਰ ਨੂੰ ਸੱਦਿਆ ਹੈ। ਇਹ ਸਪੱਸ਼ਟ ਹੈ ਕਿ ਦੋਹਾਂ ਪਰਿਵਾਰਾਂ 'ਤੇ ਕਾਨੂੰਨੀ ਕਾਰਵਾਈ ਪੱਕੀ ਹੋਵੇਗੀ। ਸਰ, ਅੱਜ ਸਾਨੂੰ ਸਵੇਰੇ SMO ਸਾਹਿਬ ਵੱਲੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਸਰ, ਮੇਰੇ ਨਾਲ ਮਾਨਯੋਗ CWC ਦੇ ਮੈਂਬਰ ਸ੍ਰੀ ਰਤਨ ਸਰ ਜੀ, ਵਨ ਸਟੋਪ ਸੈਂਟਰ ਦੇ ਇੰਚਾਰਜ ਅਨੂ ਮੈਮ, ਸਾਡੀ ਟੀਮ ਇੱਥੇ ਮੌਕੇ 'ਤੇ ਪਹੁੰਚੀ। ਆ ਕੇ ਦੇਖਿਆ ਬੱਚਾ ਵੀ ਠੀਕ ਹੈ ਅਤੇ ਮਦਰ ਵੀ ਠੀਕ ਹੈ, ਦੋਨੇ ਜਣੇ ਠੀਕ ਨੇ। ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਹਾਂ, ਉਹਨੂੰ ਦੇਖ। ਸਰ, ਇਹਦੀ ਇਸ ਤਰ੍ਹਾਂ ਵਾ ਕਿ ਦੇਖੋ, ਕੁੜੀ ਅੰਡਰ ਏਜ ਹੈ, ਪਹਿਲਾਂ ਤਾਂ ਕੁੜੀ ਆਪਣੇ ਸਹੁਰੇ ਪਰਿਵਾਰ ਕੋਲ ਨਹੀਂ ਜਾਏਗੀ। ਉਸ ਕੁੜੀ ਨੂੰ ਆਪਾਂ ਦੇਖਦੇ ਹਾਂ ਕਿ ਉਹ ਕੁੜੀ ਦਾ ਪ੍ਰੈਜੈਂਟ ਪੁਜੀਸ਼ਨ ਕੀ ਹੈ। ਪ੍ਰੈਜੈਂਟ ਪੁਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਰੱਖਣਾ ਚਾਹੁੰਦੇ ਹਾਂ, ਤਾਂ ਉਹਨਾਂ ਨੂੰ ਪਹਿਲਾਂ ਤਾਂ ਆਪਾਂ CWC ਅੱਗੇ ਪ੍ਰੋਡਿਊਸ ਕਰਾਂਗੇ। CWC ਅੱਗੇ ਬਿਆਨ ਹੋਣਗੇ, ਅੱਗੋਂ CWC ਡਿਸੀਜ਼ਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰਨਾ। ਸਰ, ਉਹਨਾਂ ਨੇ ਕੁਛ ਨਹੀਂ ਕਿਹਾ, ਉਹਨੇ ਕਿਹਾ ਕਿ ਮੇਰੀ ਰਿੰਗ ਸੈਰਾਮਨੀ ਹੋਈ ਹੈ ਕੁੜੀ ਨੇ, ਅਤੇ ਉਸੇ ਲੜਕੇ ਦਾ ਉਹਦੇ ਇਨਲਾਜ ਵੀ ਇੱਥੇ ਨਾਲ ਹੀ ਨੇ। ਸਰ, ਉਹ CWC ਡਿਸੀਜ਼ਨ ਲਏਗੀ। ਕੁੜੀ +1 'ਚ ਹੈ, ਕੁੜੀ ਨੇ ਇਹੀ ਗੱਲ ਕਹੀ ਹੈ। ਹੁਣ ਅੱਗੋਂ ਜੋ ਫੈਸਲਾ ਹੋਏਗਾ CWC, ਪਹਿਲਾਂ ਦੇਖਾਂਗੇ, ਪੂਰੇ ਲਵਾਂਗੇ ਜਾਇਜ਼ਾ ਲੈ ਕੇ, ਉਸ ਤੋਂ ਬਾਅਦ CWC। ਮੁੰਡਾ ਕਹਿੰਦੇ 20 ਸਾਲ ਦਾ, ਹਾਲੇ ਉਹਦਾ ਆਪਾਂ ਕੋਈ ਪਰੂਫ ਨਹੀਂ ਦੇਖਿਆ, ਲੜਕੀ ਦਾ ਪਰੂਫ ਤਾਂ ਦੇਖ ਲਿਆ, ਉਹ ਆਏਗਾ ਦੇਖ ਕੇ। ਅਸੀਂ ਸਾਰਾ, ਸਰ ਮੈਂ ਤੁਹਾਨੂੰ ਕਹਿਣਾ, ਆਪਾਂ ਜਸਟ ਆਏ ਹਾਂ, ਆ ਕੇ ਪੂਰੀ ਦੇਖ ਕੇ CWC ਅੱਗੇ ਪ੍ਰੋਡਿਊਸ ਕਰਾਂਗੇ, ਜੋ ਡਿਸੀਜ਼ਨ ਲੈਣਗੇ ਉੱਦਾਂ। ਮੈਂ ਰਤਨ ਲਾਲ, CWC ਮੈਂਬਰ। ਜਾਣਕਾਰੀ ਇਹ ਮਿਲੀ ਸੀ ਕਿ ਇੱਕ ਨਾਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ, ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ। ਪਰਿਵਾਰ ਨੂੰ ਪੁੱਛ ਕੇ, ਲੜਕੀ ਨੂੰ ਪੁੱਛ ਕੇ ਵੀ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸਰੈਂਡਰ ਕਰਨਾ ਚਾਹੁੰਦੇ ਨੇ। ਜੋ ਸਰੈਂਡਰ ਕਰਨਾ ਚਾਹੁੰਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ, ਔਰ ਉੱਥੇ ਇਹਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ। ਪਰ ਉਹ ਪ੍ਰੀਵੈਂਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਜਿਹੜਾ ਉਹ ਫੈਸਲਾ ਲਿਆ ਜਾਏਗਾ, ਟੂ ਕੋਰਟ ਹੋਏਗਾ, ਕੋਰਟ ਡਿਸਾਈਡ ਕਰੇਗੀ ਕਿ ਇਹਦੇ 'ਤੇ ਕਿਹੜੀ ਕਾਰਵਾਈ ਜਿਹੜੀ ਉਹ। ਨਹੀਂ, ਸਹਿਮਤ ਹੋਣ ਫਿਰ ਵੀ, ਕਿਉਂਕਿ ਉਹਨਾਂ ਨੇ ਅਫੈਂਸ ਕਰਿਆ, ਅਫੈਂਸ ਬਣਦਾ ਹੈ ਅੰਡਰੇ। ਉਹਦੇ ਬਾਰੇ 'ਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ, ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ। ਹੈ ਕ੍ਰਾਈਮ ਹੈ, ਅਫੈਂਸ ਬਣਦਾ ਹੈ।